ਮੇਰਾ ਨਾਂ ਹੈ ਬੰਟੀ। ਕਿਹੜਾ ਇਲਾਕਾ ਜੀ? ਮੈਂ ਇਧਰੋਂ ਕਲਰਾਂ ਚ 40 ਕੋ। ਕੀ ਗੱਲ ਹੋਈ ਜੀ? ਗੱਲ ਹੋਈ ਵੀ ਉਹ ਜਨਾਨੀ ਦੇ ਗੱਲ ਡੇ ਸੀ ਭੈਣ, ਮੈਂ ਉਧਰੋਂ ਦੁਕਾਨ ਤੋਂ ਡਿਆ ਸੀ ਜੀ ਆਉਣ, ਮੇਰੇ ਕੋਲ ਜਨਾਨੀ ਕੋ ਵੇਖ ਕੇ ਰਿਹਾ ਨਹੀਂ ਗਿਆ। ਮੈਂ ਕਿਹਾ ਗੁਰੂ ਇਹ ਕੀ ਡੇ ਕਰਨ ਤੁਸੀਂ, ਜਨਾਨੀ ਦੇ ਇਹਨਾਂ ਨਾਲ ਗੱਲ ਪਾਓ, ਜੇ ਉਹਨਾਂ ਦਾ ਕੋਈ ਬੰਦਾ ਹੈ ਤਾਂ ਉਹਦੇ ਗੱਲ ਪੈ ਜਾਓ ਹੈ। ਅਤੇ ਉਹਨਾਂ ਨੇ ਜਨਾਨੀ ਡੀ ਖਿੱਚ ਕੇ ਚਪੇੜ ਮਾਰੀ, ਬੜੀ ਖਿੱਚ ਕੇ ਚਪੇੜ ਮਾਰੀ ਉਹਨਾਂ ਨੇ। ਮੈਂ ਕਿਹਾ ਨਾ ਕਰੋ, ਉਹਨਾਂ ਨੇ ਮੇਰਾ ਪਰਨਾ ਲਾ ਤਾ, ਮੇਰੇ ਚਪੇੜਾਂ ਮਾਰੀਆਂ, ਕੜੇ ਮਾਰੇ ਮੇਰੇ। ਅਤੇ ਹਾਂਜੀ, ਕੌਣ ਲੋਕ ਸੀ ਉਹ? ਇੱਕ ਵਿੱਕੀ ਲੱਕੀ ਸੀ, ਇੱਕ ਸੰਜੇ ਸੀ ਜੇ, ਅਤੇ ਇੱਕ ਸੁਭਾਸ਼। ਕਿਹੜੇ ਇਲਾਕੇ ਤੋਂ? ਉਹ ਪਰਲੀ ਸਾਈਡ ਤੋਂ ਜੇ, ਅਤੇ ਇੱਕ ਪਲਾਟਾਂ ਦਾ ਜੇ। ਸ਼ਕਲਾਂ ਉਹਨਾਂ ਦੀਆਂ ਜਾਣਦੇ? ਹਾਂਜੀ ਜੀ। ਅਤੇ ਤੁਸੀਂ ਜਦੋਂ ਉਹਨਾਂ ਨੇ ਤੁਹਾਡੀ ਦਸਤਾਰ ਲਾਈ ਅਤੇ ਕੀ ਗੱਲਬਾਤ ਹੋਈ ਉਦੋਂ? ਗੱਲ ਹੋਈ ਉਹ ਕਹਿੰਦੇ ਵੀ ਜੇ ਹਿੰਮਤ ਹੈਗੀ ਤਾਂ ਲੈ ਆ ਦਸਤਾਰ, ਪਰ ਬਾਅਦ ਚੋਂ ਆਪੇ ਸ਼ਾਮੀ ਦੇ ਗਏ ਸੀ ਜੇ। ਤੁਹਾਡੀ ਦਸਤਾਰ ਨਾਲ ਲੈ ਗਏ? ਹਾਂਜੀ ਜੀ। ਕੀ ਲੱਗਦਾ ਕਿ ਉਹਨਾਂ ਨੇ ਜਿਹੜੀ ਗੁਰਪੰਥਕ ਦੀ ਸਿੱਖੀ ਨੂੰ ਜਿਹੜਾ ਵਾ ਉਹ ਇੱਕ ਆਂਚ ਆਉਣ ਦੀ ਜਿਹੜੀ ਆਂਚ ਆਈ ਉਹ ਜ਼ਿਆਦਾ ਜਾਣੇ ਸੀ ਤਾਂ ਕਰਕੇ? ਹਾਂਜੀ, ਬੇਅਦਬੀ ਕੀਤੀ ਉਹਨਾਂ, ਉਹ ਜ਼ਿਆਦਾ ਜਾਣੇ ਸੀ ਅਤੇ ਮੈਂ ਫਿਰ ਇਕੱਲਾ ਸੀ ਜੇ ਤਾਂ ਕਰਕੇ। ਬਾਅਦ ਚੋਂ ਜਦੋਂ ਮਹੱਲਾ ਇਕੱਠਾ ਹੋਇਆ ਬਾਅਦ ਚੋਂ ਭੱਜ ਗਏ ਸੀ ਜੀ। ਕੋਈ ਪੁਲਿਸ ਥਾਣੇ ਕੀਤੀ ਕੰਪਲੇਂਟ? ਹਾਂਜੀ ਜੀ, ਮੇਰੀ ਕੰਪਲੇਂਟ ਹੋਈ ਆ ਜੀ। ਕਿਹੜੇ ਥਾਣੇ? ਥਾਣੇ ਮੋਗਮਪੁਰੇ ਥਾਣੇ ਜੀ। ਕਿੰਨੇ ਦਿਨ ਹੋ ਗਏ? 4 ਦਿਨ ਹੋ ਗਏ ਜੀ, 3 ਕੁ ਦਿਨ। ਕਾਰਵਾਈ ਕੋਈ ਕੀਤੀ ਕਿ ਨਹੀਂ? ਉਹਨਾਂ ਨੇ ਕਾਰਵਾਈ ਨਹੀਂ ਕੋਈ ਕੀਤੀ ਜੀ। ਕਿਹੜੇ ਕਿਹੜੇ ਆਈਓ ਅਫਸਰ ਕੋਲ ਸੀ? ਸੁਖਵਿੰਦਰ ਸਿੰਘ ਮੁੰਸ਼ੀ ਸੀ ਜੀ। ਅੱਛਾ। ਹਾਂਜੀ, ਉਹਨਾਂ ਨੇ ਕੀਤੀ ਹੈ। ਮੈਂ ਰਾਤ ਕੋਈ 9:30-10 ਵਜੇ ਦੇ ਕਰੀਬ ਰਿਪੋਰਟ ਦੇ ਕੇ ਆਇਆ ਹਾਂ। ਹਾਂ, 7:30 ਵਜੇ ਮੇਰੇ ਗੱਲ ਪਏ ਜੀ। ਮੰਗ ਕੀ ਕਰਦੇ ਹੋ? ਮੰਗ ਕਿੰਨਾ ਕਿ ਮੇਰਾ ਇਨਸਾਫ ਹੋਣਾ ਚਾਹੀਦਾ, ਇਹਨਾਂ ਦੇ ਸਜ਼ਾ ਮਿਲਣੀ ਚਾਹੀਦੀ ਆ ਜੀ, ਮੇਰੇ ਪਰਨਾ ਖੜਨ ਦੀ। ਜਿਹੜੀ ਦਸਤਾਰ ਲਾਈ ਆ ਸਿੱਖ ਜਥੇਬੰਦੀਆਂ ਨੂੰ ਕੀ ਅਪੀਲ ਕਰਨੀ ਚਾਹੁੰਦੇ? ਮੈਂ ਕਹਿੰਦਾ ਵੀ ਮੇਰੇ ਨਾਲ ਖੜੋ, ਮੇਰਾ ਸਾਥ ਦਿਓ, ਇਹਨਾਂ ਨੂੰ ਪਰਚਾ, ਇਹਨਾਂ ਦੀ ਸਜ਼ਾ ਦਿਓ, ਦੇਣੇ ਇਹਨਾਂ ਨੂੰ। ਹਾਂਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਜਿਹੜੀ ਸਿੱਖ ਨੌਜਵਾਨ ਦੀ ਦਸਤਾਰ ਲਾਈ ਗਈ ਆ, ਕੀ ਕਹਿਣਾ ਚਾਹੁੰਦੇ? ਆਪਾਂ ਪ੍ਰਸ਼ਾਸਨ ਕੋਲ ਇਹੀ ਮੰਗ ਕਰਦੇ ਹਾਂ ਕਿ ਜਿਵੇਂ ਕਿ ਅੱਜ ਇਹ ਵੀਰ ਜੋ ਇਹਦਾ ਨਾਂ ਹੈ ਬੰਟੀ ਸਿੰਘ, ਅੱਜ ਇਹਦਾ ਪਰਨਾ ਲੱਥ ਗਿਆ, ਕੱਲ੍ਹ ਨੂੰ ਹੋਰ ਇਸੇ ਤਰ੍ਹਾਂ ਦੇ ਸਰਾਰਤੀ ਅਨਸਰ ਜੋ ਕਿ ਅੱਜ ਇਸ ਬੰਟੀ ਦਾ ਪਰਨਾ ਲਾਤਾ, ਇੱਦਾਂ ਉਹਨਾਂ ਦਾ ਹੋਰ ਮਤਲਬ ਕਿ ਦਿਲ ਵਧੀ ਨਾਲ ਹੋਰ ਕਿਸੇ ਦੇ ਹੱਥ ਪਾਉਣਗੇ। ਸੋ ਸਾਰੇ ਜਿੰਨੇ ਵੀ ਵੀਰ ਭਰਾ ਜਿਹੜੇ ਕਿ ਅੰਮ੍ਰਿਤਧਾਰੀ ਸਿੰਘ ਬਣਨਾ ਚਾਹੁੰਦੇ, ਜਿਵੇਂ ਕਿ ਆਹ ਵੀਰ ਦਾੜਾ ਰੱਖਣ ਡਿਆ ਵਾ ਕੇਸ ਦੇ ਹੈਗੇ ਆ, ਤੁਸੀਂ ਵੇਖ ਸਕਦੇ ਹੋ, ਜੇ ਅੱਜ ਇਸ ਵੀਰ ਦਾ ਪਰਨਾ ਲੱਥ ਗਿਆ, ਸਮਝ ਲਓ ਕਿ ਸਾਡੇ ਸਿੱਖੀ ਨੂੰ ਮਤਲਬ ਕਿ ਢਾਲ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਕਿ ਸਰਾਰਤੀ ਅਨਸਰ ਆ, ਉਹਨਾਂ ਤੋਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਸੋ ਖੇਮਾ ਦੇ ਜਾਜਕਾਂ ਦਾਸ ਜਹੇਦਾਰ ਜੁਗਰਾਜ ਸਿੰਘ ਵੱਲਾ ਸਾਹਿਬ ਜੀ ਮੰਡੀ ਗੁਰਦੁਆਰਾ ਸ਼੍ਰੀ ਬਾਬਾ ਜੀਵਨ ਸਿੰਘ, ਸੋ ਇੰਨੇ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਰ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਸਿੱਖ ਜਾਂਦੇ ਬੰਦੀਆਂ ਵੱਲੋਂ ਕੀ ਕਾਰਵਾਈ ਹੋਏਗੀ? ਅਗਰ ਭਾਈ ਜੇ ਪੁਲਿਸ ਪ੍ਰਸ਼ਾਸਨ ਇਸ ਕਾਰਵਾਈ ਨੂੰ ਮਤਲਬ ਕਿ ਨਹੀਂ ਪਾਉਂਦੇ ਤਾਂ ਫਿਰ ਆਪਾਂ ਜਥੇਬੰਦੀ ਆਪਾਂ ਉਹਨਾਂ ਦੇ ਕੋਲ ਜਾਵਾਂਗੇ, ਜਹੇਦਰ ਬਾਬਾ ਮੇਜਰ ਸਿੰਘ ਸੋਢੀ ਜੋ ਕਿ ਸੰਤ ਮਹਾਂਪੁਰਸ਼, ਉਹਨਾਂ ਦੇ ਕੋਲ ਫਿਰ ਸਾਰਾ ਮਤਲਬ ਕਿ ਪ੍ਰੋਸੈਸ ਰੱਖਿਆ ਜਾਏਗਾ। ਸੋ ਫਿਰ ਉਹ ਆਪਣੀ ਕਾਰਵਾਈ ਆਪੇ ਆਪਣੇ ਤਰੀਕੇ ਨਾਲ ਕਰਨਗੇ। ਸੋ ਦਾਸ ਦੀਆਂ ਇੰਨੀਆਂ ਕੁ ਬੇਨਤੀਆਂ ਉਹ ਬਾਬਾ ਮੇਜਰ ਸਿੰਘ ਜੀ ਹੈ ਉਹਨਾਂ ਕੋਲ ਰੱਖਾਂਗੇ, ਅਗਰ ਵਾਏ ਜੇ ਪੁਲਿਸ ਪ੍ਰਸ਼ਾਸਨ ਨੇ ਸਾਡੀ ਕਾਰਵਾਈ ਨਾ ਪਾਈ ਤਾਂ। ਕਰੀ ਜੀ ਉੱਥੇ ਝਗੜਾ, ਕਮਲਜੀਤ ਕੌਰ ਨੇ ਦਿੱਤੀ ਕੰਪਲੇਂਟ ਜੀ, ਲੱਕੀ ਦੇ ਸੰਜੇ ਦੇ ਆ ਕੇ ਸਾਡੇ ਮਤਲਬ ਗਲ ਗੁਲ ਪਏ ਆ ਕੇ,
ਉਹਨਾਂ ਕੰਪਲੇਂਟ ਕੀਤੀ ਹੈ, ਵੈਰੀਫਾਈ ਕਰ ਰਹੇ ਹਾਂ ਜੋ ਬੰਦੀ ਕਰ ਰਹੀ। ਇੱਕ ਲੜਕੇ ਦੀ ਦਸਤਾਰ ਵੀ ਲੱਥੀ ਜੀ, ਉੱਤੇ ਕੋਈ ਕੀਤੀ ਹਾਂ ਜੀ, ਉਹਦੀ ਵੀ ਨਾਲ ਜੇ ਚੱਲਣ ਦੀ ਤਸਦੀਕ ਚੱਲਣ ਦੀ ਉਹਨਾਂ ਦੀ ਵੀ ਜੋ ਵੀ ਤਾਂ ਸਾਹਮਣੇ ਹੋਣਗੇ ਤੁਹਾਨੂੰ ਦੱਸ ਦਿਆ। ਚਾਰ ਦਿਨ ਹੋ ਗਏ ਉਹ ਕਹਿੰਦੇ ਵੀ ਪੁਲਿਸ ਸਾਡੀ ਸੁਣਵਾਈ ਨਹੀਂ ਸੁਣਵਾਈ ਕੋਈ, ਅਸੀਂ ਮੈਂ ਦੋ ਰੇਡ ਕਰ ਗਿਆ, ਕੱਲ੍ਹ ਵੀ ਜਾ ਗਿਆ, ਪਰਸੋਂ ਵੀ ਜਾ ਗਿਆ, ਪਰਸੋਂ ਮੌਕੇ 'ਤੇ ਵੀ ਗਿਆ ਸੀ, ਫਿਰ ਉਹਨਾਂ ਨੇ ਰਾਤ ਘਰ ਰੇਡ ਕਰਿਆ, ਕੱਲ੍ਹ ਤੜਕੇ ਫਿਰ ਜਾ ਗਿਆ ਮੈਂ। ਅਤੇ ਮੁੰਡੇ ਜਿਹੜੇ ਸੀ ਜਿਹਨਾਂ ਦੇ ਆਪਣੇ ਘਰੋਂ ਭੱਜੇ ਹਜੇ, ਜਲਦੀ ਫੜ ਲਏ।